ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਸਭ ਤੋਂ ਪਹਿਲਾਂ ਸੱਦਾ ਦੇਣਾ ਸਿਮਰਨ ਅਕਸ ਨੂੰ ਜਿਹੜੇ ਪੇਸ਼ੇਵਰੋਂ ਅਧਿਆਪਕ ਵੀ ਨਹੀਂ ਜਰਲਿਜ਼ਮ ਪੜਾਉਂਦੇ ਨੇ ਤੇ ਉਹਨਾਂ ਦੀ ਇੱਕ ਪੁਸਤਕ ਪੰਜਾਬੀ ਸਿਨੇਮਾ ਦੇ ਬਦਲ ਦੇ ਦੌਰ ਸਾਡੇ ਸਾਹਮਣੇ ਆ ਜੇ ਉਹਨਾਂ ਦੀ ਸ਼ਾਇਰੀ ਦੀ ਗੱਲ ਕਰੀਏ ਤਾਂ ਮੈਂ ਇੱਕ ਉਹਨਾਂ ਦੀ ਨਜ਼ਮ ਦੀਆਂ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਸੰਭਲ ਸੰਭਲ ਕੇ ਤੁਰਦੇ ਤੁਰਦੇ ਕਦਮ ਕਦਮ ਤੇ ਥਿੜਕੇ ਆ ਆ ਚੱਕੂ ਅਕਲਾਂ ਦੀ ਗਾਤੀ ਚੱਪਾ ਚੱਪਾ ਭੂਰ ਦੇਵੋ ਸਿਮਰਨ ਅਕਸ ਬਹੁਤ ਬਹੁਤ ਸ਼ੁਕਰੀਆ ਜੀ ਇਰਾਹਾਂ ਦੇ ਕੰਡੇ ਇਹ ਖਿਆਲਾਂ ਦੀ ਪਟਕਣ ਇਰਾਹਾਂ ਦੇ ਕੰਡੇ ਇਹ ਖਿਆਲਾਂ ਦੀ ਪਟਕਣ ਲੈ ਕਿੱਧਰ ਨੂੰ ਚੱਲੀ ਇਹ ਪੈਰਾਂ ਦੀ ਥਿੜਕਣ ਇਹ ਰਾਹਾਂ ਦੇ ਕੰਡੇ ਇਹ ਖਿਆਲਾਂ ਦੀ ਝਟਕਣ ਲੈ ਕਿੱਧਰ ਨੂੰ ਚੱਲੀ ਇਹ ਪੈਰਾਂ ਦੀ ਥਿੜਕਣ ਉਹ ਅੱਗ 'ਚੋਂ ਵੀ ਕੂਕੇ ਕੇ ਮੁੜ ਆਵੇ 라ਵਣ ਉਹ ਅੱਗ 'ਚੋਂ ਵੀ ਕੂਕੇ ਕੇ ਮੁੜ ਆਵੇ 라ਵਣ ਇਹ ਲੈnde ਪਰਖਿਆ ਤੇ ਰੱਬ ਵੀ ਕਹਾਵਣ ਉਹ ਅੱਗ 'ਚੋਂ ਵੀ ਕੂਕੇ ਕੇ ਮੁੜ ਆਵੇ 라ਵਣ ਇਹ ਲੈnde ਪਰਖਿਆ ਤੇ ਰੱਬ ਵੀ ਕਹਾਵਣ ਇਹ ਮੱਤਾਂ ਤੋਂ ਭਾਰੇ ਤੇ ਨੀਤਾਂ ਤੋਂ ਹੌਲੇ ਇਹ ਮੱਤਾਂ ਤੋਂ ਭਾਰੇ ਦੇ ਨੀਤਾਂ ਤੋਂ ਹੋਲੇ ਜੋ ਕਹਿੰਦੇ ਨੇ ਗੂੰਗੇ ਤੇ ਸੁਣਦੇ ਨੇ ਬੋਲੇ ਇਹ ਪੱਥਰ ਕਦੋਂ ਚੀਰ ਹਰਨਾ ਨੂੰ ਗੋਲੇ ਨਾ ਸਦੀਆਂ ਤੋਂ ਮੁੱਕੇ ਇਹ ਧਰਮਾਂ ਦੇ ਰੋਲੇ ਇਹ ਉੱਚਾ ਇਹ ਨੀਚਾ ਇਹ ਜਾਤਾਂ ਇਹ ਪਾਤਾਂ ਇਹ ਉੱਚਾ ਇਹ ਨੀਚਾ ਇਹ ਜਾਤਾਂ ਇਹ ਪਾਤਾਂ ਇਹ ਜੰਮਣ ਤੋਂ ਪਹਿਲਾਂ ਹੀ ਮਿਲੀਆਂ ਸੋਗਾਤਾਂ ਜੋ ਹੱਕਾਂ ਨੂੰ ਖੋਂਦੇ ਨਾ ਮੰਗਦੇ ਖੈਰਤਾਂ ਜੋ ਹੱਕਾਂ ਨੂੰ ਖੋਂਦੇ ਨਾ ਮੰਗਦੇ ਖੈ ਰਾਤਾ ਇੱਕ ਕੁੱਖੋਂ ਨਾ ਜਮ ਇੱਕ ਕੁੱਖੋਂ ਨਾ ਬਾਗੀ ਜੀ ਕੀਤੇ ਹਾਲਾਤਾ ਜੋ ਹੱਕਾਂ ਨੂੰ ਖੋਂਦੇ ਨਾ ਮੰਗਦੇ ਖੈ ਰਾਤਾ ਇੱਕ ਕੁੱਖੋਂ ਨਾ ਬਾਗੀ ਜੀ ਕੀਤੇ ਹਾਲਾਤਾ ਇਹ ਬਿਰਹੋਂ ਦੇ ਹੋਂਕੇ ਜੋ ਭਰਦੀ ਹੈ ਬਿਰਹਣ ਇਹ ਬਿਰਹੋਂ ਦੇ ਹੋਂਕੇ ਜੋ ਪਰਦੀ ਹੈ ਬਿਰਹਣ ਜੋ ਪੱਥਰਾਂ ਦੇ ਮੱਥੇ ਤੇ ਧਰਦੀ ਹੈ ਦਰਪਣ ਉਹ ਅਗ ਚੋਂ ਵੀ ਕੂਕੇ ਕੇ ਮੁੜ ਆਵੇ 라ਵਣ ਇਹ ਲੈnde ਪਰਖਿਆ ਤੇ ਰੱਬ ਵੀ ਕਹਾਵਣ ਇਹ ਰਾਹਾਂ ਦੇ ਕੰਡੇ ਤੇ ਖਿਆਲਾਂ ਦੀ ਭਟਕਣ ਲੈ ਕਿੱਧਰ ਨੂੰ ਚੱਲੀ ਇਹ ਪੈਰਾਂ ਦੀ ਠੜਕਣ ਧੰਨਵਾਦ ਜੀ